ਮੈਂ ਹੋਰ ਗਾਣਾ ਸੁਣਿਆ ਲੈ ਤੇਰਾ ਬਲੱਡ ਗੋਰੀਏ ਮਤਲਬ ਤੇਰੀ ਭੈਣ ਹੋਈ ਹੈ ਫੇਰ ਹਨਾ ਜਿਸ ਤੋਂ ਬਾਅਦ ਇਹ ਮਸਲਾ ਕਾਫੀ ਜ਼ਿਆਦਾ ਗਰਮਾ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਲਾਈਵ ਸ਼ੋਅ ਦੇ ਵਿੱਚ ਮਾਸਟਰ ਸਲੀਮ ਨੂੰ ਠੋਕਵਾਂ ਜਵਾਬ ਦਿੱਤਾ ਸੀ। ਹੁਣ ਇੱਕ ਵਾਰ ਫਿਰ ਤੋਂ ਮਾਸਟਰ ਸਲੀਮ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਹਾਰਡੀ ਸੰਧੂ ਦੇ ਗਾਣੇ ਬੈਕ ਵਾਉਣ 'ਤੇ ਟੌਂਚ ਕੱਸੀ ਹੈ। ਮਾਸਟਰ ਸਲੀਮ ਨੇ ਕੀ ਕਿਹਾ ਇਹ ਦਿਖਾਉਣ ਦੇ ਲਈ ਆਓ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਦੀ ਇਸ ਵੀਡੀਓ ਵੱਲ। ਉਸ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਛੋਟੀ ਜਿਹੀ ਰਿਕੁਐਸਟ ਜ਼ਰੂਰ ਕਰਾਂਗੇ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਇਸ ਮਸਲੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਨਵੇਂ ਦੋਸਤਾਂ ਨੂੰ ਵੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਵੀ ਜ਼ਰੂਰ ਔਨ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਅਤੇ ਹੋਰ ਇੰਟਰਟੇਨਿੰਗ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ। ਸੋ ਤੁਹਾਡਾ ਹੋਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਓ ਹੁਣ ਝਲਕ ਮਾਰਦੇ ਹਾਂ ਇਸ ਵੀਡੀਓ 'ਤੇ। ਸਿੱਧਾ ਬੋਲਦਾ ਜੀ, ਮੈਂ ਬੜਬੋਲਾ ਆਦਮੀ ਹਾਂ, ਕਈ ਵਾਰੀ ਮੇਰੇ ਬੋਲਣ ਕਰਕੇ ਬਹੁਤ ਸਾਰੀਆਂ ਕੰਟਰੋਵਰਸੀਆਂ ਵੀ ਹੋ ਜਾਂਦੀਆਂ। ਐਨੀਵੇਜ਼ ਨੋ ਪ੍ਰੋਬਲਮ, ਪਰ ਮੈਂ ਅੱਜ ਤੱਕ ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ ਜੀ। ਜਿੰਨੇ ਸਿੰਗਰ ਨੇ ਸਾਰੇ ਮੇਰੇ ਭਰਾ ਨੇ, ਦਲਜੀਤ ਮੇਰਾ ਭਰਾ ਹੈ, ਛੋਟਾ ਭਰਾ ਹੈ ਜੀ, ਗਿੱਪੀ ਮੇਰਾ ਭਰਾ ਹੈ, ਮਨਕਿਰਤ ਮੇਰਾ ਭਰਾ ਹੈ, ਅੱਜ ਕੱਲ੍ਹ ਯੂਟਿਊਬ 'ਤੇ ਪਤਾ ਨਹੀਂ ਕੀ। ਅਤੇ ਅੱਜ ਕੱਲ੍ਹ ਇੱਕ ਮੈਂ ਹੋਰ ਗਾਣਾ ਸੁਣਿਆ ਲੈ ਤੇਰਾ ਬਲੱਡ ਗੋਰੀਏ ਮਤਲਬ ਤੇਰੀ ਭੈਣ ਹੋਈ ਹੈ ਫੇਵਰ ਨਾ। ਮੈਂ ਹੈਰਾਨ ਹਾਂ ਕਿ ਇੱਕ ਪਾਸੇ ਅਸੀਂ ਗੱਲ ਕਰ ਰਹੇ ਹਾਂ ਕਿ ਕੁੜੀਆਂ ਤੇ ਕੁੜੀਆਂ ਨੇ ਕੁੜੀਆਂ ਦਾ ਕੀ ਹੈ, ਕੁੜੀਆਂ ਦਾ ਚਿੜੀਆਂ ਨੇ ਚਿੜੀਆਂ ਦਾ ਕੀ ਹੈ ਨਾ। ਤਾਂ ਦੂਸਰੇ ਪਾਸੇ ਅਸੀਂ ਕਹਿ ਰਹੇ ਹਾਂ ਤੂੰ ਅੱਤ ਹੈ, ਅੱਤ ਨਾਲੋਂ ਵੱਧ ਹੈ। ਅੱਤ ਹੈ ਕਿ ਅੱਤ ਕੀ ਚੀਜ਼ ਹੈ? ਅੱਤ ਤਾਂ ਬਹੁਤ ਮਾੜੀ ਚੀਜ਼ ਹੈ, ਅੱਤ ਤਾਂ ਚੁੱਕਣੀ ਵੀ ਚਾਹੀਦੀ ਹੈ।